ਇਹ 12 ਮਲੀਆਂ ਇਹਦੀਆਂ, ਸੌ ਕੀ ਚੌ ਕੀ ਦੋ ਕੀ ਮਲੀਆਂ, ਖੈਰੋਪੁਰ ਮਲੀਆਂ, ਹਾਂਜੀ ਇਹ ਮਲੀਆਂ 12 ਮਲੀਆਂ। ਇੱਕ ਪਿੰਡ ਦਾ ਨਾਮ ਬੰਬ, ਉਹ ਸਿੱਖ ਦਾ ਸੀ, ਇੱਕ ਪੁੱਤਰ ਉਹਦਾ ਬੰਬ, ਬੰਬ ਕੀ ਮਲੀਆਂ। ਹਾਂਜੀ ਇਹ 12 ਮਲੇ ਭੈਣਾਂ ਸੀ ਚੀਚੋ ਕੀ ਮਲੀਆਂ, ਇਹ ਵਿਰਕ ਸਟੇਟ ਆ ਸਾਰੀ, ਵਿਰਕਾਂ ਦੇ ਪਿੰਡ ਸੀ। ਇੱਥੇ ਗੰਡਾ ਸਿੰਘ ਦੇ ਸਿੱਖ ਪੈ, ਸਿੱਖ ਪੈ, ਉਹਨਾਂ ਨੇ ਸਾਰਾ ਕਤਲੋ ਕਰ, ਨਾਨਾ ਮੇਰਾ ਵੱਢ ਛੱਡਿਆ। ਹਾਂਜੀ ਹਾਂਜੀ ਮੇਰਾ ਉਹ ਨਾਨਾ ਵੀ ਵੱਢ ਦਿੱਤਾ, ਮੇਰੀ ਮਾਸੀ, ਮੇਰੀ ਭਰਜਾਈ ਵੱਢਤੀ, ਮੇਰਾ ਮਾਸੀ ਦਾ ਪੁੱਤਰ ਸੀ ਉਹ ਵੱਢ ਦਿੱਤਾ, ਉਹਦੇ ਦੋ ਪੁੱਤਰ ਵੱਢ ਦਿੱਤੇ, ਇੱਕ ਬੱਚੀ ਬੱਚੀ ਸੀ ਸ਼ਫਕਤ। ਹਾਂਜੀ ਉਹ ਦਰਿਆ 'ਚ ਮਾਰੀ ਛਾਲ, ਅਤੇ ਉਹ ਬੁੜਕਦੀ 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 ਉਰਲੇ ਪਾਸੇ ਬਸੀਰਪੁਰ ਵਾਲੇ ਪਾਸੇ ਆ ਗਈ, ਚੁੱਕ ਲਿਆਂਦਾ, ਚੁੱਕ ਕੇ ਲੈ ਗਈ, ਉਹ ਲੈ ਗਈ ਗੋਜਰੇ, ਸਾਡੇ ਰਿਸ਼ਤੇਦਾਰ ਸੀ ਉਹ ਗੋਜਰੇ ਬੈਠੇ, ਚੌੜੀ ਬਸ਼ੀਰ, ਚੌੜੀ ਮੁਹੰਮਦ ਖਾਂ, ਗੁਲਾਮ ਰਸੂਲ, ਉਹਨਾਂ ਨੇ ਜਾਂ ਕੁੜੀ ਨੂੰ ਵੇਖਿਆ ਨਾ ਨਿੱਕੀ ਜੀ ਨੂੰ, ਗੋਇਆ ਥੱਪਦੀ, ਤੂੰ ਮਾਮਾ ਮੇਰਾ ਲੰਘਿਆ ਬਸ਼ੀਰ, ਉਹਨੇ ਕਿਹਾ ਮੁਹੰਮਦ ਖਾਂ, ਉਹਨੇ ਕਿਹਾ ਸ਼ੌਕਤ ਤੂੰ ਇੱਥੇ, ਉਹਨੇ ਜੱਫੀ ਪਾ ਲਈ, ਮਾਮਾ ਮੈਂ ਇੱਥੇ, ਉਹਨੇ ਕਿਹਾ ਅੱਛਾ, ਉਹ ਬੀਬੀ ਨੂੰ ਕਿਹਾ ਸਾਡੀ ਧੀ, ਉਹਨੇ ਕਿਹਾ ਮੈਂ ਇੱਦਾਂ ਨਹੀਂ ਦੇਣੀ, ਤੁਹਾਡੀ ਆ ਕਿ ਨਹੀਂ, ਤੁਸੀਂ ਐਵੇਂ ਲੈ ਜਾਓ, ਉਹਨੇ ਕਿਹਾ ਸਾਡੀ ਮਾਂ। ਉਹ ਫਿਰ ਜਨਾਬ ਉਹਨਾਂ ਨੇ ਬੰਦੇ ਇਕੱਠੇ ਕੀਤੇ, ਅਤੇ ਉਹ ਜਿਹੜਾ ਮਾਮਾ ਵਿੱਚ ਬੈਠਾ ਮੁਹੰਮਦ ਖਾਂ, ਚੌਧਰੀ ਬੰਦਾ ਸੀ ਉਹ, ਵੀਰ ਖਾਂ ਦਾ ਮੁੰਡਾ, ਬੜੇ ਅਮੀਰ ਆਦਮੀ ਸੀ। ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈੱਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ। ਰਹੀਆਂ ਬੜਾ ਪਿਆ ਮੈਨੂੰ, ਉਹ ਕਹਿੰਦੀ ਮੇਰੇ ਕੋਲ ਭਾ ਉਹ ਪੁਰਾਣੀ ਗੱਲ ਨਾ ਸੁਣਨਾ, ਹੋਕਾ ਮਾਰਦੀ, ਕਹਿੰਦੀ ਮੈਂ ਜਿਹੜਾ ਮੰਜ਼ਰ ਦੇਖਿਆ ਨਾ ਉਹ ਬਿਆਨ ਤੋਂ ਬਾਹਰ, ਬੜੀ ਬੜੀ ਵਿਚਾਰੀ ਰੋਂਦੀ ਹੁੰਦੀ ਵਰਕਾ ਆਇਆ ਸਟੇਰੀ। ਹਾਂਜੀ 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 ਨਾ ਜੀ ਉਹ ਸਾਹਮਣੇ ਉਹਦਾ। ਵਾਲੇਕੁਮ ਸਲਾਮ ਵਰਹਮਤੁਲਾ ਵਬਰਕਾਤੂ। ਸਰ ਕੀ ਨਾਮ ਹੈ ਤੁਹਾਡਾ? ਅਬਦੁਲ ਸਲਾਮ। ਅਬਦੁਲ ਸਲਾਮ ਤੁਹਾਡੇ ਵਾਲਦ ਸਾਹਿਬ ਦਾ? ਅਬਦੁਲ ਗਫੂਰ ਖਾਨ, ਸੂਬੇਦਾਰ ਅਬਦੁਲ ਗਫੂਰ ਖਾਨ। ਸਹੀ ਹੋ ਗਿਆ। ਦਾਦਾ ਜੀ ਦਾ ਕੀ ਨਾਮ ਸੀ? ਦਾਦਾ ਦਾ ਮੁਹੰਮਦ ਬਖਸ਼ ਮਹਿਲਾ ਵਾਲਾ, ਇੰਡੀਆ 'ਚ ਉਹਨਾਂ ਨਾਂ ਸੀ, ਬੜੇ ਬੜੇ ਵਿੱਚ ਮਕਾਨ ਸੀ ਸਾਡੇ। ਸਹੀ ਹੋ ਗਿਆ। ਤੁਹਾਡੇ ਕੋਲ ਪੁਰਾਣੀ ਇੰਡੀਆ ਦੇ ਬਾਰੇ ਪੁੱਛਣਾ। ਹਾਂ ਇੰਡੀਆ ਦੇ ਪੁੱਛ ਜੇ ਬੋਲੋ। ਕਿਹੜੀ ਕੌਮ ਹੈ ਆਪਣੀ? ਰਾਜਪੂਤ ਮੰਝ। ਅੱਛਾ ਮੰਝ ਗੋਤ ਹੈ। ਹਾਂਜੀ ਬਹੁਤ ਵੱਡਾ ਬੜਾ ਪਿੰਡ ਵੱਡਾ ਸੀ, ਰਾਜਪੂਤ ਵੀ ਸੀ ਉੱਥੇ, ਹਿੰਦੂ ਵੀ ਸੀ, ਸਿੱਖ ਵੀ ਘੱਟ ਸੀ ਵੈਸੇ, ਹਿੰਦੂ ਜ਼ਿਆਦਾ ਸੀ ਉਹ ਮਲਸੀਆਂ 'ਚ, ਤਹਿਸੀਲ ਨਕੋਦਰ ਪਿੰਡ ਮਲਸੀਆਂ, ਸ਼ਾਹਕੋਟ ਮਲਸੀਆਂ ਵੀ ਕਹਿੰਦੇ ਸੀ ਉਹਨਾਂ ਨੂੰ। ਹਾਂਜੀ ਮੁਸਲਮਾਨਾਂ ਦੀ ਆਬਾਦੀ ਸੀ ਨਾ, ਗੁਰਦੁਆਰਾ ਦਾ ਹੈਗਾ ਸੀ ਮਲਸੀਆਂ, ਹਿੰਦੂਆਂ ਦਾ ਸੀ ਮੰਦਰ, ਮੰਦਰ ਵਾਹਵਾ ਪਿੰਡ ਵੱਡਾ, ਬੜਾ ਵੱਡਾ, ਦੋ ਤਿੰਨ ਨੰਬਰਦਾਰ ਹੁੰਦੇ ਸੀ ਉਹਦੇ। ਨੰਬਰਦਾਰ ਇੱਕ ਤਾਂ ਸੀ ਮੇਰੇ ਦਾਦਾ ਜੀ ਮੁਹੰਮਦ ਬਖਸ਼ ਮਹਿਲਾ ਵਾਲਾ ਨੰਬਰਦਾਰ ਸੀ, ਅਤੇ ਦੂਜਾ ਨੰਬਰ ਦਾ ਮੈਂ ਹੁਣ ਮੈਨੂੰ ਨਹੀਂ ਬਈ ਯਾਦ ਹੈ। ਹਾਂਜੀ ਜ਼ੈਲਦਾਰ ਦਾ ਨਾਂ ਯਾਦ ਆ, ਉਹਦਾ ਨਾਂ ਸੀ ਜ਼ੈਲਦਾਰ ਦਾ ਅਬਦੁਲ ਹਮੀਦ ਮਜੀਦ, ਹਾਂਜੀ ਹਮੀਦ ਲੰਬਰ ਉਹ ਹੈ ਸੀ ਆਪਣਾ ਉਹਦਾ ਜ਼ੈਲਦਾਰ, ਅਬਦੁਲ ਜ਼ੈਲਦਾਰ ਸੀ। ਕੀ ਕੰਮ ਕਰਦੇ ਸੀ? ਮੇਰੇ ਵਾਲਦ ਸਾਹਿਬ ਜਿਹੜੇ ਸੀ ਨਾ ਉਹ ਆਰਮੀ 'ਚ ਸੂਬੇਦਾਰ ਸੀ। ਹਾਂਜੀ ਦਾਦਾ ਜੀ ਜ਼ਿਮੀਦਾਰ ਸੀ। ਹਾਂਜੀ ਉਹ ਜ਼ਿਮੀਦਾਰ ਜ਼ਮੀਨ ਅੱਧ 'ਤੇ ਦੇ ਦੇਣੀ। ਹਾਂਜੀ ਵੈਸੇ ਅੱਲਾਹ ਤਾਲਾ ਦਾ ਅਹਿਸਾਨ ਸੀ ਕਿ ਗੱਡੀ ਦੀ ਲਾਈਨ ਲੰਘਣ ਲੱਗੀ ਸਾਡੇ ਰਕਬੇ 'ਚੋਂ, ਇੰਡੀਆ ਮਲਸੀਆਂ 'ਚੋਂ, ਅੰਗਰੇਜ਼ ਬਹੁਤ ਪੈਸੇ ਦੇ ਗਿਆ ਬਾ ਦਾਦਾ ਜੀ ਨੂੰ। ਹਾਂਜੀ ਉਹ ਇਹਨਾਂ ਨੇ ਬੋਰੀਆਂ ਭਰ ਕੇ ਉਹ ਸ਼ਹਿਰ ਚੱਲਦੀਆਂ ਸੀ ਨਾ ਉਹ ਚਾਂਦੀ ਦੀਆਂ। ਹਾਂਜੀ ਉਹ ਸਾਡੇ ਕੋਲ ਆ ਗਿਆ, ਉਹ ਦਾਦਾ ਜੀ ਨੇ ਨਾ ਫਿਰ ਕੀ ਸਾਡੀ ਪੁੱਪੀ ਦੱਸਦੀ ਹੁੰਦੀ ਸੀ ਵੀ ਸਾਡੇ ਅਸੀਂ ਨਾ ਆਪਣਾ ਉਹ ਕੰਧਾਂ ਦੇ ਵਿੱਚ ਕੁਝ ਦੱਬ ਦਿੱਤੇ। ਹਾਂਜੀ ਜਦੋਂ ਉਹ ਇਨਕਲਾਬ ਆਇਆ ਉਹ ਕੁਝ ਉੱਥੇ ਹੀ ਰਹਿ ਗਿਆ, ਅਸੀਂ ਉਹ ਕੁਝ ਨਹੀਂ ਕੱਢ ਸਕੇ। ਹਾਂਜੀ ਸਕੂਲ ਸਕੂਲ ਹੈ ਸੀ ਸ਼ਾਹਕੋਟ 'ਚ, ਸ਼ਾਹਕੋਟ ਸਕੂਲ ਹੈਗਾ ਸੀ, ਨਾਲ ਪਿੰਡ ਸੀ ਸ਼ਾਹਕੋਟ।
ਉੱਥੇ ਤੁਹਾਡੇ ਪੜ੍ਹਦੇ ਸੀ ਸਾਰੇ? ਮੇਰੇ ਵਾਲਦ ਸਾਹਿਬ ਉੱਥੇ ਪੜ੍ਹਦੇ ਸੀ, ਮੇਰਾ ਤਾਇਆ ਅਬਦੁਰਮਾਨ ਸੀ ਉੱਥੇ ਪੜ੍ਹਦੇ ਸੀ, ਚਾਚਾ ਨਜ਼ੀਰ ਮੇਰਾ, ਚਾਚਾ ਨਜ਼ੀਰ ਮੇਰਾ ਸੁਸਰ ਸੀ, ਉਹ ਉੱਥੇ ਪੜ੍ਹਦੇ ਸੀ। ਹਾਂਜੀ, ਉਹਨਾਂ ਸਕੂਲ ਹੈ ਜੀ। ਕੋਈ ਪਿੰਡ ਦੇ ਵਿੱਚ ਕੱਚੇ ਮਕਾਨ ਸੀ ਕਿ ਪੱਕੇ ਮਕਾਨ? ਕੱਚੇ ਜੀ ਜ਼ਿਆਦਾ। ਹਾਂਜੀ, ਜ਼ਿਆਦਾ ਕੱਚੇ ਸੀ। ਮੇਰੇ ਦਾਦਾ ਜੀ ਦਾ ਹੀ ਛੋਟੀਆਂ ਇੰਟਾਂ ਦਾ ਬੜਾ ਉੱਚਾ ਮਹਿਲ। ਹਾਂਜੀ ਹਾਂਜੀ, ਪਿੰਡ ਦੇ ਵਿੱਚ ਘਰ ਸੀ ਕਿ ਵਿੱਚ ਘਰ ਹੀ ਸੀ? ਹਾਂਜੀ, ਛੋਟੀਆਂ ਛੋਟੀਆਂ ਗਲੀਆਂ ਹੁੰਦੀਆਂ ਜਿਵੇਂ ਆਹ ਗਲੀਆਂ, 5 ਫੁੱਟ 6 ਫੁੱਟ। ਜਿਹੜਾ ਪਿੰਡ ਜਿੱਥੇ ਹੁਣ ਤੁਸੀਂ ਬੈਠੇ ਹੋ ਕੀ ਨਾਮ? ਚੀਚੋਕੀ ਮਲੀਆਂ। ਇਹ 12 ਮਲੀਆਂ ਇਹਦੀਆਂ, 100 ਕੀ 4 ਕੀ 2 ਕੀ ਮਲੀਆਂ, ਖੈਰੋਪੁਰ ਮਲੀਆਂ। ਹਾਂਜੀ, ਇਹ ਮਲੀਆਂ 12 ਮਲੀਆਂ। ਇੱਕ ਪਿੰਡ ਦਾ ਨਾਮ ਬੰਬ, ਉਹ ਸਿੱਖ ਦਾ ਸੀ, ਇੱਕ ਪੁੱਤਰ ਉਹਦਾ ਬੰਬ, ਬੰਬ ਕੀ ਮਲੀਆਂ। ਹਾਂਜੀ, ਇਹ 12 ਮਲੇ ਭੈਣਾਂ ਸੀ, ਚੀਚੋ ਕੀ ਮਲੀਆਂ। ਇਹ ਵਿਰਕ ਸਟੇਟ ਆ ਸਾਰੀ, ਵਿਰਕਾਂ ਦੇ ਪਿੰਡ ਸੀ। ਸਭ ਨਾਲੋਂ ਤਗੜਾ ਮਲੀਆਂ ਦਾ ਪਿੰਡ ਕਿਹੜਾ ਹੈ? ਮਲੀਆਂ ਕਲਾਂ। ਮਲੀਆਂ ਕਲਾਂ ਸਭ ਨਾਲੋਂ ਵੱਡਾ ਪਿੰਡ? ਹਾਂ, ਉਹ ਸਭ ਤੋਂ ਵੱਡਾ ਪਿੰਡ ਹੈ। ਉਹ ਰੋਡ 'ਤੇ ਅਮਰੀਤ ਕੇ ਰੋਡ 'ਤੇ। ਜ਼ਿਲ੍ਹਾ ਕਿਹੜਾ ਲੱਗਦਾ? ਜਲੰਧਰ, ਸ਼ੇਖੂਪੁਰਾ ਜੀ। ਤਹਿਸੀਲ? ਤਹਿਸੀਲ ਵੀ ਸ਼ੇਖੂਪੁਰਾ। ਸਹੀ ਹੋ ਗਿਆ। ਕਿੰਨੇ ਕਿਲੋਮੀਟਰ ਬਣਦਾ ਸ਼ੇਖੂਪੁਰਾ? 6 ਮੀਲ, 6 ਕਿਲੋਮੀਟਰ ਬਣ ਗਿਆ। ਸਹੀ ਹੋ ਗਿਆ। ਅੱਛਾ ਬਜ਼ੁਰਗੋ, ਇਹ ਦੱਸੋ ਜੀ ਕਿ ਜਦੋਂ ਉਜਾੜੇ ਪਏ? ਹਾਂਜੀ, 47 'ਚ। ਹਾਂਜੀ, 47 'ਚ। ਹਾਂਜੀ, ਉਸ ਤੋਂ ਪਹਿਲੇ ਕਿੱਦਾਂ ਪਤਾ ਲੱਗਿਆ ਬਜ਼ੁਰਗਾਂ ਨੂੰ ਜਾਂ ਤੁਹਾਨੂੰ ਕਿ ਵੀ ਹੁਣ ਇੱਥੋਂ ਜਾਣਾ? ਰਾਜਪੂਤਾਂ ਦਾ ਪਿੰਡ ਸੀ। ਮੇਰੇ ਵਾਲਦ ਸਾਹਿਬ ਜਿਹੜੇ ਸੂਬੇਦਾਰ ਸੀ, ਹਾਂਜੀ, ਉਹ ਤੁਹਾਨੂੰ ਪਤਾ ਆਰਮੀ ਨੂੰ ਇੰਟੈਲੀਜੈਂਟ ਹੁੰਦੀ ਹੈ ਨਾ, ਉਹਨਾਂ ਨੇ ਕਿਹਾ ਹੁਣ ਅਸੀਂ ਇੱਥੋਂ ਚਲੇ ਜਾਣਾ। ਉਹ ਫਿਰ ਨਾ ਉਹਨਾਂ ਨੇ ਉਹ ਪਤਾ ਲੱਗਾ, ਉਹ ਫਿਰ ਕਤਲੋ ਗਾਰ ਧੋਣ ਲੱਗ ਪਈ, ਸਿੱਖ ਵੱਢਣ ਲੱਗ ਪਏ ਲੋਕਾਂ ਨੂੰ ਆਲੇ ਦੇ ਨਾਲ ਦੀਆਂ ਪਿੰਡਾਂ 'ਚ। ਹਾਂਜੀ, ਅਤੇ ਉਹ ਵੱਢਦੇ ਰਹਿ, ਅਤੇ ਉਹ ਫਿਰ ਰਾਤੋਂ ਰਾਤ ਹੀ ਨਾ ਬਾਬਾ ਜੀ, ਬਾਬਾ ਦੁੱਧਾ ਦੀਰ ਦਰਵੇਸ਼ ਆਦਮੀ ਦੀ ਕਬਰ ਸੀ, ਉੱਥੋਂ ਇਸ਼ਾਰਾ ਹੋਇਆ ਵੀ ਮਲਸੀਆਂ ਵਾਲੇ ਅੱਜ ਮੁਸਲਮਾਨੋਂ ਸਾਰੇ ਨਿਕਲ ਜਾਓ ਰਾਤ ਨੂੰ, ਅਗਰ ਕੱਲ੍ਹ ਤੁਹਾਡਾ ਬੱਚਾ ਕੱਚਾ ਵੀ ਨਹੀਂ ਬਚੇਗਾ ਤਾਂ ਤੁਸੀਂ ਨਿਕਲ। ਉਹ ਰਾਤ ਨੂੰ ਫਿਰ ਉਹਨਾਂ ਨੇ ਸ਼ਿਫਟ ਕਰਕੇ, ਇੱਕ ਪਿੰਡ ਸੀ ਨਾਲ ਕੰਨੀਆਂ ਪਰਜੀਆਂ, ਹਾਂਜੀ, ਉੱਥੇ ਰਾਤ ਰਹਿ, ਮਿਰਚਾਂ ਹੀ ਲੁਕੇ। ਉਹ ਆਪਣਾ ਇੱਕ ਅਸੀਂ ਆ ਗਏ ਸੀ, ਮੇਰੀ ਵਾਲਦਾ, ਮੇਰੀਆਂ 2 ਭੈਣਾਂ ਸੀ, ਇੱਕ ਭਾਈ ਸੀ ਮੇਰਾ ਵੱਡਾ, ਮੇਰੇ ਉਸ ਤੋਂ ਬਾਅਦ ਮੈਂ ਸੀ, ਵਾਲਦਾ ਸੀ, ਇਹ ਉਦੋਂ ਆਏ। ਬਾਕੀ ਵੀ ਸਾਡੀ ਫੁੱਪੀ ਵੀ ਸੀ, ਤਾਇਆ ਵੀ ਸੀ, ਸਾਰੇ ਉਹ ਰਲੇ ਜਿਹਦੀ ਫੈਮਿਲੀ ਸੀ, ਉਹ ਆਏ ਅਸੀਂ ਉਦੋਂ ਰਾਤ ਨੂੰ। ਫਿਰ ਆ ਗਏ ਅਸੀਂ ਜਨਾਬ ਨਕੋਦਰ, ਉੱਥੇ ਆ ਕੇ ਕੈਂਪ ਲੱਗਾ, ਉੱਥੇ ਸਾਰਾ ਮੁਸਲਮਾਨ ਉੱਠ ਕੇ ਆ ਗਏ, ਉਹ ਸਾਰਾ ਮੁਸਲਮਾਨ ਉੱਠ ਕੇ ਆ ਗਿਆ, ਮੁਸਲਮਾਨ ਕੋਈ ਨਹੀਂ ਰਿਹਾ। ਸਮਾਨ ਆਪਣਾ ਪਿੰਡੋਂ ਲੈ ਕੇ ਕਿੰਨਾ ਕੁ ਤੁਰੇ ਸੀ? ਮੇਰੀ ਮਾਂ ਨੇ, ਕਿਉਂਕਿ ਵੱਡੇ ਘਰ ਦੀ ਸੀ, ਉਹ ਰਿਆਸਤ ਕਪੂਰਥਲੇ ਦੀ, ਉਹ ਤੁਹਾਨੂੰ ਦੱਸਾਂਗੇ ਪਿੰਡ ਨਾਨਕੇ ਸੀ ਤੁਹਾਡੇ? ਰਿਆਸਤ ਕਪੂਰਥਲਾ, ਜ਼ਿਲ੍ਹਾ ਜਲੰਧਰ, ਰਿਆਸਤ ਕਪੂਰਥਲਾ, ਪਿੰਡ ਤਹਿਸੀਲ ਸੁਲਤਾਨਪੁਰ, ਪਿੰਡ ਭਰਵਾਣਾ, ਮੇਰੇ ਨਾਨਾ ਜੀ ਦੇ ਸੀ। ਹਾਂਜੀ, ਉਹਨਾਂ ਨਾਲ ਸ਼ਾਬ ਖਾਂ ਵੱਲ ਨੂਰ ਖਾਂ, ਕੌਮ ਰਾਜਪੂਤ ਮੰਝ। ਹਾਂਜੀ ਹਾਂਜੀ, ਤੁਹਾਡੇ ਪਿੰਡ ਜ਼ਿਆਦਾ ਮੰਝ ਹੀ ਦੋਸਤੇ ਰਹਿੰਦੇ ਸੀ ਲੋਕ? ਉਹ ਥਿਆ ਮੰਝ, ਦੂਏ ਬਹੁਤ ਘੱਟ ਸੀ ਸਾਡੇ। ਹੁਣ ਉੱਥੋਂ ਜਦੋਂ ਸ਼ਿਫਟ ਹੋ ਕੇ ਆਏ ਨਾ, 43, 45, 55 ਅਤੇ ਆਪਣਾ 47 ਨਾਗਾ ਸਾਹਿਬ, ਨਾਗਾ ਕੱਛਾ ਪਾਇਆ ਹੁੰਦਾ, ਨਾਗਾ ਨਾਗਾ ਅੰਗਰੇਜ਼ ਦਾ ਪਤਾ ਨਹੀਂ ਕੀ, ਉਹ ਫਿਰ ਪਹਿਰਾ ਦਿੰਦਾ ਸੀ ਆਲੇ, ਉਹ ਟਰਚ ਲਾਈਟ ਜੀ ਮਾਰਨੀ, ਚਾਨਣ ਹੀ ਹੋ ਜਾਣਾ, ਵਰਖਾ ਪਹਿਰਾ ਹੁੰਦਾ ਰਿਹਾ। ਉਹਦੇ ਉੱਤੇ ਕੋਈ ਹੋਇਆ ਨਹੀਂ, ਹਮਲਾ ਨਹੀਂ। ਹਾਂਜੀ, ਜਿਹੜਾ ਮੇਰਾ ਨਾਨਾ ਉਹਦਾ ਮੈਂ ਤੁਹਾਨੂੰ ਵਾਕਿਆ, ਫਿਰ ਜੇ ਤੁਸੀਂ ਮੇਰੇ ਸਵਾਲ ਕਰੋਗੇ ਫਿਰ ਮੈਂ ਦੱਸਾਂਗਾ। ਅੱਛਾ, ਉਹਨੇ ਦੱਸ ਦਿੰਦੇ, ਨਾਨਾ ਜੀ ਮੇਰਾ ਰਿਆਸਤ ਕਪੂਰਥਲੇ ਤੋਂ, ਪਿੰਡ ਭਰਵਾਣੇ ਤੋਂ ਸ਼ਿਫਟ ਹੋ ਕੇ ਨਾ ਗੰਡਾ ਸਿੰਘ 'ਤੇ ਆ ਗਿਆ। ਗੰਡਾ ਸਿੰਘ 'ਤੇ, ਇੱਥੇ ਗੰਡਾ ਸਿੰਘ 'ਤੇ ਸਿੱਖ ਪੈ, ਸਿੱਖ ਪੈ, ਉਹਨਾਂ ਨੇ ਸਾਰਾ ਕਤਲੋ ਗਾਰ, ਨਾਨਾ ਮੇਰਾ ਵੱਢ ਛੱਡਿਆ। ਹਾਂਜੀ ਹਾਂਜੀ, ਮੇਰਾ ਉਹ ਨਾਨਾ ਵੀ ਵੱਢ ਦਿੱਤਾ, ਮੇਰੀ ਮਾਸੀ, ਮੇਰੀ ਭਰਜਾਈ ਵੱਢਤੀ, ਮੇਰਾ ਮਾਸੀ ਦਾ ਪੁੱਤਰ ਸੀ ਉਹ ਵੱਢ ਦਿੱਤਾ, ਉਹਦੇ 2 ਪੁੱਤਰ ਵੱਢ ਦਿੱਤੇ, ਇੱਕ ਬੱਚੀ ਬੱਚੀ ਸੀ ਸ਼ਫਕਤ। ਹਾਂਜੀ, ਉਹ ਦਰਿਆ 'ਚ ਮਾਰੀ ਛਾਲ, ਅਤੇ ਉਹ ਬੁਲਕਦੀ 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 ਉਰਲੇ ਪਾਸੇ ਬਸੀਰਪੁਰ ਵਾਲੇ ਪਾਸੇ ਆ ਗਈ, ਸਤਲੁਜ 'ਚ। ਹਾਂਜੀ, ਉਹ ਦੱਸਦੀ ਸੀ, ਕਹਿੰਦੀ ਫਿਰ ਮੈਂ ਪਈ ਦੀ ਰਾਤ, ਮੈਂ ਕਿਹਾ ਮਰ ਕੇ ਮੁਰ ਗਈ ਹਾਂ, ਮੈਂ ਜਦ ਦੁਨ ਚੜੀ ਅਤੇ ਮੈਂ ਹਿੱਲੀ ਅਤੇ ਮੈਂ ਕਿਹਾ ਮੈਂ ਤਾਂ ਹੈਗੀ ਹਾਂ। ਇੱਕ ਬੁੱਢੀ ਬੁੱਚਾ 'ਚ ਬੈਠੀ ਸੀ ਹੋਰ ਕੋਈ, ਉਹਨੇ ਚੁੱਕਿਆ, ਉਹਨੂੰ ਮੂੰਹ 'ਚ ਪਾਣੀ ਪਾਇਆ, ਉਹਨੂੰ ਚੁੱਕ ਕੇ ਬਸੀਰਪੁਰ ਸਟੇਸ਼ਨ 'ਤੇ ਲੈ ਆਈ। ਬਸੀਰਪੁਰ ਸਟੇਸ਼ਨ ਤੋਂ ਆ ਗਿਆ ਉਹ ਟੋਭਾ ਟੇਕ ਸਿੰਘ ਚਲੇ ਗਿਆ। ਜਿਹੜੇ ਤੁਹਾਡੇ ਨਾਨਕੇ ਸਾਰੇ ਉੱਥੇ ਵੱਡੇ ਗਏ? ਸਾਰੇ ਵੱਡੇ ਗਏ, ਕਈ ਬੱਚਿਆਂ ਸਿਰਫ ਬੱਚੀ ਬਚੀ, ਬੱਚੀ ਇੱਕ ਬੱਚੀ।
ਉਹ ਵੀ ਪਾਣੀ ਜਲਾ ਛਾਲ ਮਾਰੀ ਅਤੇ ਉਹ ਪਾਰ ਆ ਗਈ। ਅੱਛਾ। ਉਹ ਇੱਧਰ ਆਸ ਪਾਸੇ ਮਸ਼ੀਰਪੁਰ ਇੱਧਰ ਇੰਡੀਆ ਇੱਧਰ ਉਹ ਪਾਣੀ 'ਚ ਆ ਗਈ ਅਤੇ ਉਹ ਆਪਣਾ ਨਾ ਉਹ ਮਾਈ ਇੱਕ ਨੇ ਚੁੱਕ ਲਿਆਂਦਾ, ਚੁੱਕ ਕੇ ਲੈ ਗਈ, ਉਹ ਲੈ ਗਈ ਗੋਜਰੇ, ਸਾਡੇ ਰਿਸ਼ਤੇਦਾਰ ਸੀ ਉਹ ਗੋਜਰੇ ਬੈਠੇ, ਚੌੜੀ ਬਸ਼ੀਰ, ਚੌੜੀ ਮੁਹੰਮਦ ਖਾਂ, ਗੁਲਾਮ ਰਸੂਲ, ਉਹਨਾਂ ਨੇ ਜਾਂ ਕੁੜੀ ਨੂੰ ਵੇਖਿਆ ਨਾ ਨਿੱਕੀ ਜੀ ਨੂੰ, ਗੋਇਆ ਥੱਪਦੀ ਜੀ, ਤੂੰ ਮਾਮਾ ਮੇਰਾ ਲੰਘਿਆ ਬਸ਼ੀਰ, ਉਹਨੇ ਕਿਹਾ ਮੁਹੰਮਦ ਖਾਂ, ਉਹਨੇ ਕਿਹਾ ਸ਼ੌਕਤ ਤੂੰ ਇੱਥੇ, ਉਹਨੇ ਜੱਫੀ ਪਾ ਲਈ, ਮਾਮਾ ਮੈਂ ਇੱਥੇ, ਉਹਨੇ ਕਿਹਾ ਅੱਛਾ, ਉਹ ਬੀਬੀ ਨੂੰ ਕਿਹਾ ਸਾਡੀ ਧੀ, ਉਹਨੇ ਕਿਹਾ ਮੈਂ ਇੱਦਾਂ ਨਹੀਂ ਦੇਣੀ, ਤੁਹਾਡੀ ਆ ਕਿ ਨਹੀਂ, ਤੁਸੀਂ ਐਵੇਂ ਲੈ ਜਾਓ, ਉਹਨੇ ਕਿਹਾ ਸਾਡੀ ਮਾਂ। ਉਹ ਫਿਰ ਜਨਾਬ ਉਹਨਾਂ ਨੇ ਬੰਦੇ ਇਕੱਠੇ ਕੀਤੇ ਅਤੇ ਉਹ ਜਿਹੜਾ ਮਾਮਾ ਵਿੱਚ ਬੈਠਾ ਮੁਹੰਮਦ ਖਾਂ ਚੌਧਰੀ ਬੰਦਾ ਸੀ, ਉਹ ਵੀਰ ਖਾਂ ਦਾ ਮੁੰਡਾ, ਬੜੇ ਅਮੀਰ ਆਦਮੀ ਸੀ, ਮਰਬੇ ਮੁਰਬੇ ਘੋੜੀਆਂ ਘਾੜੀਆਂ, ਅੱਜ ਕੱਲ੍ਹ ਬੈਠੇ ਗੋਜਰੇ ਸਰਜਾ ਚੱਕ ਉੱਥੇ ਨਾਲ ਹੈਗਾ। ਅੱਛਾ, ਉਹ ਜੀ ਆਪਣਾ ਉਹਨਾਂ ਨੇ ਨਾ ਫਿਰ ਆਪਣਾ ਉਹ ਬੱਚੀ ਨੂੰ ਲੈ, ਉਹ ਬੱਚੀ ਜਦੋਂ ਮਾਮਾ ਬੇਬੇ ਇੱਦਾਂ ਬੈਠਾ ਅਤੇ ਉਹ ਜਦੋਂ ਜਾ ਕੇ ਕਹਿੰਦੇ ਕਿਹੜਾ ਮਾਮਾ ਸ਼ਬਕ ਤੇਰਾ, ਉਹ ਮਾਮੇ ਨੇ ਜੱਫੀ ਪਾ ਲਏ, ਉਹ ਤਿੰਨਾਂ ਦੀ ਪਾਈ, ਉਹਨੇ ਕਿਹਾ ਜਾ ਲੈ ਜਾ ਤੁਹਾਡੀ ਕੁੜੀ। ਉਹ ਫਿਰ ਵਿਚਾਰੀ ਗੋਜਰੇ ਆ ਗਈ, ਗੋਜਰੇ ਵਾਲਿਆਂ ਨੇ ਖਤ ਪਾਇਆ ਫਿਰ ਆਰਫ ਵਾਲੇ ਤਰਤਾਲੀ ਚੱਕ ਜੀ, ਉਹ ਸਾਡਾ ਮਾਸੀ ਦਾ ਉਹ ਨੰਬਰਦਾਰ ਹੀ ਆ, ਨਿਆਜ ਨੰਬਰਦਾਰ ਸੀ ਉਹ, ਤਾਂ ਉਹਨੇ ਵਹਾਇਆ ਵਹਾ ਕੇ ਅਤੇ ਫਿਰ ਉਹਨੇ ਲੈ ਆਉਂਦੀ ਇੱਥੇ। ਫਿਰ ਜਦੋਂ ਪਤਾ ਲੱਗਾ ਵੀ ਹਰ ਸ਼ਾਹੀ ਤਬਾਹ ਹੋ ਗਈ ਹੈ ਜੀ, ਨਾਨੇ ਮੇਰੇ ਕੋਲ ਸੀ ਨਾ 20 ਕਿਲੋ ਸੋਨਾ, 20 ਕਿਲੋ 10 ਮਿੰਟ ਪਹਿਲਾਂ ਮਾਲਕ ਸੀ ਨਾਨਾ ਮੇਰਾ, ਉਹ ਵੀ ਨੰਬਰਦਾਰ ਸੀ, ਹਾਂਜੀ 20 ਕਿਲੋ। ਉਹ ਫਿਰ ਸਿੱਖਾਂ ਵੱਢਤਾ ਘੋੜੀ ਸੀ ਚਿੱਟੀ ਜੀ, ਉਹ ਮੇਰੀ ਭੈਣ ਦੱਸਦੀ, ਉਹ ਕਹਿੰਦੇ ਫਿਰ ਘੋੜ ਸੋਨਾ ਵੀ ਲੈ ਗਿਆ, ਗੰਡਾ ਸਿੰਘ 'ਚ ਵੱਢਿਆ ਗਿਆ ਸਾਰਾ ਖਾਂ ਮਾਰ, ਉਦੂ ਇਹ ਬੰਦੇ ਮਾਰੇ, ਉਹ ਆਵੇ ਮੁਸਲਮਾਨ ਆਉਂਦੇ ਹੀ ਸੀ ਇੱਧਰ ਪਾਕਿਸਤਾਨ ਨਾਲ, ਬਹੁਤ ਜ਼ੁਲਮ ਗਿਆ, ਜ਼ੁਲਮ ਬਹੁਤ ਜ਼ੁਲਮ ਹੋਇਆ। ਅੱਛਾ, ਉਹ ਆਰਫ ਵਾਲੇ ਰਹੀ, ਫਿਰ ਉਹਦੀ ਸ਼ਾਦੀ ਹੋ ਗਈ, ਦੋ ਤਿੰਨ ਬੇਟੇ ਸੀ ਉਹਦੇ, ਬੇਟੀਆਂ ਸੀ, ਹਾਂਜੀ। ਉਹ ਫਿਰ ਬਾਅਦ 'ਚ ਉਹ ਮਰ ਗਈ ਵਿਚਾਰੀ ਸ਼ਫਕਤ, ਭੈਣ ਮੇਰੀ ਵਿਆਹ ਸ਼ਾਦੀ 'ਤੇ ਆਈ ਵੀ ਸੀ, ਅਸੀਸ ਸ਼ਾਦੀ ਹੋਈ ਸੀ ਮੇਰੀ, ਉਹ ਫਿਰ ਆਈ ਮੇਰੇ ਕੋਲ ਇੱਥੇ ਰਹੀਆਂ, ਬੜਾ ਪਿਆ ਮੈਨੂੰ, ਉਹ ਕਹਿੰਦੀ ਮੇਰੇ ਕੋਲ ਭਾਅ ਉਹ ਪੁਰਾਣੀ ਗੱਲ ਨਾ ਸੁਣਨਾ, ਹੌਕਾ ਮਾਰਦੀ, ਕਹਿੰਦੀ ਮੈਂ ਜਿਹੜਾ ਮੰਜ਼ਰ ਦੇਖਿਆ ਨਾ ਉਹ ਬਿਆਨ ਤੋਂ ਬਾਹਰ, ਬੜੀ ਬੜੀ ਵਿਚਾਰੀ ਰੋਂਦੀ ਹੁੰਦੀ ਸੀ, ਪਰ ਕਿਆ ਆਇਆ ਸਟੇਰੀ ਸਾਹਮਣੇ ਵੱਢਿਆ ਜਾਵੇ। ਹਾਂਜੀ ਹਾਂਜੀ ਹਾਂਜੀ, ਭੁੱਲਦਾ ਤਾਂ ਨਹੀਂ ਨਾ ਜੀ, ਉਹ ਸਾਹਮਣੇ ਉਹਦਾ ਬਾਪ ਵੱਢਿਆ ਗਿਆ, ਮਾਂ ਵੱਢੀ ਗਈ, ਤੁਹਾਡੇ ਨਾਲ ਇਕੱਠੇ ਨਹੀਂ ਸੀ ਹੋਏ ਉੱਥੇ? ਨਹੀਂ, ਅਸੀਂ ਮਲਸੀਆਂ ਸੀ ਇੱਧਰ ਸੀ ਨਾ, ਅਸੀਂ ਜਲੰਧਰ 'ਚ ਸੀ, ਉਹ ਰਿਆਸਤ ਕਪੂਰਥਲੇ ਦੇ ਸੀ, ਉਹ ਰਿਆਸਤ ਨਾਲ ਲੱਗਦੀ ਸੀ ਤਾਂ ਇੱਧਰੋਂ ਇੱਧਰੋਂ ਆਏ ਅਸੀਂ। ਹਾਂਜੀ, ਹਾਂਜੀ, ਅਸੀਂ ਅਸੀਂ ਕਾਫਲਾ ਇੱਦਾਂ ਜਦੋਂ ਇੱਥੇ ਸੀ ਨਾ ਨਕੋਦਰ ਦੇ ਕੈਂਫੜ ਕਾਫਲਾ ਜਿਹੜਾ ਉੱਥੇ, ਫਿਰ ਉਹ ਮੇਰੇ ਵਾਲਦ ਸਾਹਿਬ ਦਾ ਨਾਂ ਸੀ, ਉਹ ਇੱਕ ਫੌਜੀ ਆਇਆ, ਉਹਨੇ ਕਿਹਾ ਚਰਾਗਦੀਨ ਦੇ 7 ਬੰਦੇ, ਚਰਾਗਦੀਨ ਦੇ 7 ਬੰਦੇ, ਉਹ ਵਾਲਦ ਸਾਹਿਬ ਚੁੱਕੇ, ਉਹ ਚਰਾਗਦੀਨ ਸਾਡਾ ਤਾਇਆ ਸੀ, ਉਹਨੇ ਕਿਹਾ ਹਾਂਜੀ, ਉਹਨੇ ਕਿਹਾ ਲਿਆਓ, ਉਹ ਸਾਡੇ ਹੈ ਵੀ 7 ਸੀ, ਉਹ ਫੌਜੀ ਟਰੱਕ 'ਚ ਬਹਿ ਕੇ ਵਗੇ ਆ ਗਿਆ, ਵਗੇ ਆ ਗਏ ਵਾਟਰਟੇਨ ਸਕੂਲ, ਮਾਈ ਕੋਈ ਇੰਨਾ ਕੁ ਸੋਨਾ ਸੀ ਵੱਡੇ ਘਰ ਦੀ, ਉਹਨੇ 125 ਤੋਲਾ ਸੋਨਾ ਵੇਚਣਾ, ਦੁੱਧ ਲੈ ਆਉਣਾ, 100 ਰੁਪਏ ਦਾ ਆਟਾ ਲੈ ਆਉਣਾ, 100 ਰੁਪਏ ਦਾ ਜਨਾਬ ਲੈ ਗਿਆ ਸਾਬਣ ਲੈ ਆਉਣਾ, ਮਾਈ ਫਿਰ ਉੱਥੇ ਰਹੀ, ਫਿਰ ਸਾਨੂੰ ਉੱਥੋਂ ਲੈ ਗਿਆ ਮਲਕਵਾਲ, ਸਾਡੇ ਰਿਸ਼ਤੇਦਾਰ ਸੀ, ਬਰਾਦਰੀ ਸੀ, ਮਲਕਵਾਲ ਚਲੇ ਗਿਆ ਉਹਨਾਂ ਕੋਲ, ਉੱਥੇ ਰਹਿੰਦੇ ਰਹੇ। ਉਸ ਤੋਂ ਬਾਅਦ ਫਿਰ ਵਾਲਦ ਸਾਹਿਬ ਆਏ ਕਰਾਚੀ 'ਚ ਸੀ, ਵਾਲਦ ਸਾਹਿਬ ਆਏ ਫਿਰ ਸਾਨੂੰ ਕਰਾਚੀ ਲੈ ਗਏ, ਫੌਜ 'ਚ ਸੂਬੇਦਾਰ ਸੀ ਨਾ, ਬਾਅਦ ਹੋਏ ਆ 54-56 ਜੋ ਰਿਟਾਇਰ ਹੋਏ ਬਸ। ਫਿਰ ਉਹ ਵਾਲਦ ਸਾਹਿਬ ਨਾ ਸਾਨੂੰ ਫਿਰ ਕਰਾਚੀ ਲੈ ਗਿਆ, ਕਰਾਚੀਓਂ ਫਿਰ ਤਬਾਜਲਾ ਹੋਇਆ, ਨੁਸ਼ਹਿਰੇ ਆ ਗਿਆ, ਆਹ ਨੁਸ਼ਹਿਰਾ ਪਿਸ਼ਾਵਰ ਕੋਲ ਜਿਹੜਾ, ਉੱਥੇ ਨੁਸ਼ਹਿਰ ਰਹਿੰਦੇ ਰਹੇ, ਉੱਥੇ ਮੇਰੀ ਵਾਲਦਾ ਨੂੰ ਟੀ ਵੀ ਹੋ ਗਈ, ਹਾਂਜੀ, ਉਹ ਟੀ ਵੀ ਅੰਗਰੇਜ਼ਾਂ ਦਾ ਮਾਹੌਲ ਸੀ, ਉੱਥੇ ਹਸਪਤਾਲ 'ਚ ਦਾਖਲ ਹੋਇਆ, ਉਹ ਫੇਫੜੇ ਗਲ ਗਿਆ, ਉਹਨਾਂ ਨੇ ਫਿਰ ਕਿਹਾ ਵੀ ਇਹ ਨਹੀਂ ਬਚਦੇ, ਫਿਰ ਵਾਲਦ ਸਾਹਿਬ ਉੱਥੇ ਲੈ ਗਏ ਆਰਫ ਵਾਲੇ, ਉੱਥੇ ਜਾ ਕੇ ਵਾਲਦ ਸਾਹਿਬ ਵਾਲਦਾ ਫੌਤ ਹੋ ਗਏ, ਉੱਥੇ ਕਬਰ ਆ ਉਹਨਾਂ ਦੀ ਆਰਫ ਵਾਲੇ 47 EB। ਅਤੇ ਉਹ ਮਸਲਾ ਇਹ ਵੀ ਫਿਰ ਜਨਾਬ ਅਸੀਂ ਫਿਰ ਵਾਲਦ ਸਾਹਿਬ ਫਿਰ ਤਬਾਇਲਾ ਹੋਇਆ ਸੀ, ਲਾਹੌਰ ਆ ਗਿਆ, ਲਾਹੌਰ ਆ ਗਿਆ ਅਤੇ ਆ ਕੇ ਨਾ ਜਨਾਬ ਅਸੀਂ ਉਹ ਆਪਣਾ ਫਿਰ ਉੱਥੇ ਰਹਿ, ਫਿਰ ਉੱਥੇ ਤਬਾਇਲਾ ਹੋ ਗਿਆ ਆਰਫ ਵਾਲੇ, ਵਾਲਦ ਸਾਹਿਬ ਨੇ ਮਕਾਨ ਅਲਾਟ ਹੋਇਆ ਸੀ ਸਾਡਾ ਮਕਾਨ ਆਰਫ ਵਾਲੇ ਸ਼ਹਿਰ 'ਚ 4 ਮਰਲੇ ਦਾ। ਫਿਰ ਵਾਲਦ ਸਾਹਿਬ ਨੇ ਕਿਹਾ ਵੀ ਜੇ ਤਾਂ ਮਕਾਨ ਉਹਨੂੰ ਜੰਦਾ ਨਹੀਂ ਲਾ ਸਕਦੇ ਵਿੱਚ ਰਹਿ ਸਕਦੇ ਕਿ ਉਹ ਆਪਣਾ ਉੱਥੇ ਆਰਫਲੇ ਚੱਲੋ, ਫਿਰ ਅਸੀਂ ਆਰਫਲੇ ਚਲੇ ਗਏ, 54 ਆਰਫਲੇ ਗਏ, 60 'ਚ ਮੇਰੀਆਂ ਭੈਣਾਂ ਦੀ ਸ਼ਾਦੀ ਹੋ ਗਈ, ਵੱਡਾ ਭਾਈ ਘਰੋਂ ਭੱਜ ਗਿਆ ਸੀ ਸੂਫੀ ਇਕਬਾਲ, ਉਹ ਭੱਜ ਜਾਂਦਾ ਹੁੰਦਾ ਸੀ, ਉਹ ਦਰਸਾ ਦੁਰਸਾ ਨਿਕਲ ਜਾਂਦਾ ਸੀ, ਬਸ ਉੱਦਾਂ ਦਾ ਸੀ ਨਾ ਕਿ ਉਹ ਫਿਰ ਮੈਂ ਛੋਟਾ ਜਿਹਾ ਰਹਿ ਗਿਆ, ਵਾਲਦ ਸਾਹਿਬ ਨੂੰ ਮੈਨੂੰ ਚੀਚੋ ਘੁੰਮਣੀਆਂ 20 ਦਸੰਬਰ 1960 10 ਵਜੇ ਰਾਤ ਨੂੰ ਮੈਂ ਚੀਚੋ ਘੁੰਮਣੀਆਂ ਆ ਗਿਆ।
ਫਿਰ ਉੱਥੇ ਸਭ ਤੋਂ ਲੈ ਕੇ ਬੈਠੇ ਰਹੇ ਇੱਥੇ। ਮੇਰੇ ਵਾਲਦ ਸਾਹਿਬ ਦਾ ਉਹ ਘਰ ਆ, ਮੇਰੇ ਵਾਲਦ ਸਾਹਿਬ ਦੀ ਦੂਜੀ ਸ਼ਾਦੀ ਸੀ ਸਨ 61 'ਚ, ਅਤੇ ਮੈਂ ਵਾਲਦ ਸਾਹਿਬ ਮੈਨੂੰ ਖਰਚ ਖੁਰਚ ਨਹੀਂ ਸੀ ਦਿੰਦੇ ਹੁੰਦੇ, ਮੈਂ ਮੰਗਣਾ ਉਹ ਮੈਂ ਲੈਦਾ ਹੋ ਗਿਆ ਵਾਲਦ ਸਾਹਿਬ ਨਾਲ। ਫਿਰ ਆ ਕੇ ਮਕਾਨ ਮੈਂ ਮੁੱਲ ਲੈ ਲਿਆ ਹੌਲੀ 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 ਸਾਰਾ। ਹੁਣ ਮੇਰੇ ਕੋਲ 6 12 13 ਕਮਰੇ ਆ ਮੇਰੇ ਕੋਲ। ਜ਼ਮੀਨ ਕਿੰਨੀ ਸੀ ਆਪਣੀ ਉੱਥੇ ਗਏ ਇੱਥੇ? ਉੱਥੇ 2.5 ਮਰੱਬੇ ਢਾਈ ਮਰੱਬੇ ਇੱਥੇ ਪੈ ਗਈ ਸੀ ਸਾਨੂੰ, ਆਲੇ ਵਾਲੇ 16 ਕਿੱਲੇ ਪਿਆ ਸੀ, ਬਾਕੀ ਇੱਥੇ ਪੀ ਦੋ ਕੀ ਮਲੀਆਂ ਚਿੱਟੂ ਕੀ ਮਲੀਆਂ। ਹਾਂਜੀ ਇੱਥੇ ਵੀ ਪੈ ਗਈ ਸੀ 12.5 ਕਿੱਲੇ, ਉੱਥੇ ਦੋ ਕੀ ਮਲੀਆਂ, ਉੱਥੇ ਉਹ ਪੂਰਾ ਹੋ ਗਿਆ ਸਭ। ਉਹ ਵੱਡੇ ਭਾਈ ਫਿਰ ਆ ਗਏ, ਉਹ ਕੋਠੀ ਆ ਉਹਨਾਂ ਦੀ ਸੂਫੀ ਇਕਬਾਲ ਦੀ, ਫੌਤ ਹੋ ਗਿਆ ਵਿਚਾਰਾ, ਅਤੇ ਉਹ ਬਸ ਉਹਨੇ ਦੂਜੀ ਸ਼ਾਦੀ ਕੀਤੀ ਸੀ, ਉਹ ਨਾ ਸੱਟ ਪਈ ਬਦਲ ਦੇ। ਉਹ ਮਸਲਾ ਹੈ ਜੀ, ਅਸੀਂ ਇਹ 20 ਦਸੰਬਰ 1960, ਫਿਰ ਮੈਂ 66 'ਚ ਮੈਟ੍ਰਿਕ ਕੀਤਾ, ਮੈਟ੍ਰਿਕ ਕਰਕੇ ਤਾਂ ਮੈਂ ਲਾਹੌਰ, ਮੈਨੂੰ ਬਿਜਲੀ ਦਾ ਕੰਮ ਦਾ ਬੜਾ ਇਸ਼ਕ ਸੀ, ਮੈਂ ਹੁਣ ਤਾਂ ਮੈਂ ਜਰਾ ਉਹ ਜਿਹਾ ਰਹਿ ਗਿਆ ਹੈ ਨਾ, ਇਹ ਬਿਜਲੀ ਦਾ ਕੰਮ ਮੈਂ ਇੱਥੇ ਹੁੰਦਾ, ਇੱਥੋਂ ਦੱਸਦੇ ਆ ਉਹ ਟਰਾਂਸਫਾਰਮਰ ਨੁਕਸ ਉਹ ਤਾਰ ਡੀ ਕੱਟੋ ਅਤੇ ਉਹਨੂੰ ਲਾ ਦਿਓ, ਮੈਂ ਲਾ ਦਿੰਦਾ ਹੁੰਦਾ, ਮੌਲਾ ਮਾਸਟਰ ਸੀ ਉਹ। ਮੈਂ ਇਲੈਕਟ੍ਰੀਕਲ ਸੁਪਰਵਾਈਜ਼ਰ ਟਰਾਂਸਪੋਰਟ ਅਥਾਰਟੀ ਇੰਸਪੈਕਟਰ ਦੇ ਦਫ਼ਤਰ 'ਚ ਮੈਂ ਕੋਰਸ ਪਾਸ ਕੀਤਾ, ਫਿਰ ਮੈਂ ਟਿਊਬਵੈਲਾਂ ਦੇ ਮਹਿਕਮੇ ਲੱਗਾ ਰਿਹਾ, ਆ ਗੌਰਮੈਂਟ ਦੇ ਨਾ ਟਿਊਬਵੈਲ ਉਹਨਾਂ ਦੇ ਫੇਰਾ ਫੂਰਾ ਮਾਰਨਾ, ਨਾ ਚੱਲਣ ਚੁੱਲਣੇ ਤਾਂ ਠੀਕ ਕਰਦੇ ਨੇ। ਫਿਰ ਉਸ ਤੋਂ ਬਾਅਦ ਮੈਂ ਆ ਗਿਆ ਦਾਊਦ ਅਲਕਲੀ, ਇਹ ਬਣਦੀ ਸੀ ਇੱਥੇ, ਇੱਥੇ ਮੇਰਾ 11.28 ਰੁਪਏ ਰੇਟ ਸੀ ਫਸਟ ਕਲਾਸ, ਮੈਂ ਉਹ ਇਲੈਕਟ੍ਰੀਸ਼ਨ ਹੋਇਆ, ਫਿਰ ਮੈਂ 4 ਸਾਲ ਇੱਥੇ ਰਿਹਾ, ਫਿਰ ਮੈਂ 40.28 ਰੁਪਏ ਰੇਟ ਹੋਇਆ, ਫਿਰ ਮੈਂ ਇੱਥੇ ਬੜਾ ਬੜਾ ਲੋਇਆ, ਪਰਮਾਨੈਂਟ ਮੈਂ ਨਾ ਹੋ ਸਕਿਆ, ਮੇਰਾ ਲੈਟਰ ਬਣਿਆ ਰਿਹਾ। ਉਹ ਭੁੱਟੋ ਆਇਆ ਨਾ ਜਾਂ 77 'ਚ, ਉਹ ਬੰਦੇ ਡੇਲੀ ਵੇਜਿਸ 'ਤੇ, ਉਹਨਾਂ ਨੂੰ ਪੱਕੇ ਕਰ ਦਿੱਤਾ, ਮੈਂ ਤੁਹਾਡੇ ਕੋਲ ਬੈਠਾ ਇੰਟਰਵਿਊ ਦੇਣ ਲਿਆ। ਹਾਂਜੀ ਹੋਰ ਕੋਈ ਸਵਾਲ ਹੈ ਤਾਂ ਮਜ਼ੀਦ ਇਸ ਪਿੰਡ ਦੇ ਮਤਲਬ ਦੇਖੋ ਜੀ, ਮੇਰੇ ਵਾਲਦ ਸਾਹਿਬ ਨੇ ਲੰਬੜਦਾਰੀ ਲਈ ਹਾਂ ਇਸ ਪਿੰਡ ਦੀ, ਦਾਦਾ ਜੀ ਦੀ ਜਨਰਲ ਆਜ਼ਮ ਦੀ ਉਦੋਂ ਇਹਨਾਂ ਦੀ ਮਾਰਸ਼ਾਲਾ ਲੱਗੀ ਹੁੰਦੀ ਸੀ ਅਯੂਬ ਦੀ, ਜਨਰਲ ਆਜ਼ਮ ਨੇ ਮੇਰੇ ਬਾਈ ਦੇ ਬੜੇ ਤਲਕ ਸੀ, ਉਹ ਟੈਂਡੇਬਲ ਲਾਹੌਰ 'ਚ ਰਹੇ ਆਦਮੀ 'ਚ, ਆ ਵਾਲਦ ਸਾਹਿਬ ਨੂੰ ਜਾ ਕੇ ਉਹਨਾਂ ਕਿਹਾ, ਉਹਨੇ ਕਿਹਾ ਹੋਗਾ ਆਹ ਕਿਹੜਾ ਮਸਲਾ, ਨੰਬਰਦਾਰੀ ਵਿਰਾਸਤ ਆ, ਉਹਨੇ ਇੰਡੀਆ 'ਚ ਕਾਗਜ਼ ਭੇਜੇ, ਮੇਰੇ ਦਾਦੇ ਦਾ ਨਾਮ ਬੋਲਿਆ ਨੰਬਰਦਾਰੀ ਨਹੀਂ, ਉਹ ਫਿਰ ਜਨਾਬ ਉਹ ਕਾਗਜ਼ ਆਏ ਤਾਂ ਉਹਨਾਂ ਨੇ ਕਿਹਾ ਇਹਨੂੰ ਇਹਦੇ ਪਿਓ ਦੀ ਵਿਰਾਸਤ ਆ, ਇਹਨੂੰ ਦਿਓ। ਮਾਰਸ਼ਾਲਾ ਲੱਗੀ ਸੀ ਅਯੂ, ਜਨਰਲ ਆਜ਼ਮ ਨੇ ਡੀ ਸੀ ਨੂੰ ਰੁਕਾ ਵਾਲਦ ਸਾਹਿਬ ਨੂੰ ਮੁਕਾ ਰੁਕਾ ਤਾ, ਇਹ ਆਪਣਾ 54 'ਚ ਅਤੇ ਇੱਥੇ ਆਇਆ 52 53 'ਚ ਵਾਲਦ ਸਾਹਿਬ ਨੇ ਨੰਬਰਦਾਰੀ ਲਈ, ਵਾਲਦ ਸਾਹਿਬ ਬੀ ਡੀ ਮੈਂਬਰ ਵੀ ਯੂਬ ਦੇ ਦੌਰ 'ਚ ਬਣੇ। ਹਾਂਜੀ ਮੈਂ ਵੀ ਵਾਈਸ ਚੇਅਰਮੈਨ ਮੇਰਾ ਯੂਨੀਅਨ ਕੌਂਸਲ ਦਾ, ਨੰਬਰਦਾਰ ਵੀ ਹੈ ਜ਼ਿਲ੍ਹੇ ਦਾ, ਤੁਹਾਨੂੰ ਦੱਸੋ ਰਿਕੁਐਸਟ ਕੀਤੀ, ਬਸ ਮੈਂ ਵਾਈਸ ਪ੍ਰੈਜੀਡੈਂਟ ਵੀ, ਅੰਜਮਨ ਨੰਬਰਦਾਰ ਸਾਡੀ ਸ਼ੇਖਪੁਰੇ ਬਣਾਈ ਨੰਬਰਦਾਰਾਂ ਦੀ। ਵਾਲਦ ਸਾਹਿਬ ਤੋਂ ਬਾਅਦ ਮਾਲ ਸਾਹਿਬ 82 ਫੌਤ ਹੋ ਗਿਆ, ਉਸ ਤੋਂ ਬਾਅਦ ਨੰਬਰਦਾਰੀ ਕੋਈ ਭੈਣ ਭਰਾ ਲੈਣ ਨੂੰ ਤਿਆਰ ਨਹੀਂ ਸੀ, ਇਹ ਮਾਲਾ ਹੁੰਦੀ ਬੜੀ ਔਖੀ ਨੰਬਰਦਾਰੀ ਦੀ। ਹੁਣ ਇੱਥੇ ਬੈਠੇ ਹਾਂ ਤੁਸੀਂ, ਆਪਾਂ ਐਵੇਂ ਬੁਰਾ ਨਾ ਬਣਾਈਏ ਤਾਂ ਤੁਸੀਂ ਆਪਣੇ ਵਕਤ ਪੀਤੇ, ਲੇਕਿਨ ਹੁਣ 16 ਰੁਪਈਏ ਲੱਗੇ ਤਾਂ ਹੈ ਨਾ ਬੱਚੇ ਗੱਲ ਕਰਦੇ ਖਰਚ, ਇਹ ਉਹ ਕਹਿੰਦੇ ਅਸੀਂ ਖਰਚ ਨਹੀਂ ਕਰ ਸਕਦੇ, ਮੈਂ ਖਰਚ ਦਾ ਬਚਪਨ ਤੋਂ ਮੈਨੂੰ ਉਤਾਹ, ਮੈਂ ਭਾਵੇਂ ਕਰੀ ਚੁੱਕਾ ਖੁਆ ਦਿੰਦਾ ਲੋਕਾਂ ਨੂੰ, ਗਰੀਬਾਂ ਨੂੰ ਆਟੇ ਲੈ ਡੇਰੇਦਾਰੀ ਰਾਣਾ ਸਾਹਿਬ ਆਇਆ ਤਾਂ ਗੱਲ ਹੈ ਨਾ ਚਲਾਈ ਆ ਕਿ ਅੱਲਾ ਦੇ ਘੁੰਮਣਾ। ਅੱਕੀ ਭਲਵਾਨ ਮੇਰਾ ਬੜਾ ਯਾਰ ਸੀ, ਭੋਲੂ ਭਲਵਾਨ ਕੇ, ਉਹ ਮੇਰੇ ਕੋਲ ਆਉਂਦੇ ਹੁੰਦੇ ਸੀ, ਉਹ ਡੇਰਾ ਡੂਰਾ ਬਣਾਇਆ ਹੁੰਦਾ ਆ ਵੱਡਾ ਕਮਰਾ, ਅਤੇ ਕਮਰਿਆਂ ਦੀ ਉਹ ਕੈਮਰਾ ਫੇਰਨਾ ਤਾਂ ਪਿਛਾ ਕਮਰਿਆਂ ਵੀ ਫੇਰ ਲਓ, ਆਪਾਂ ਨੂੰ ਕੋਈ ਤਰ੍ਹਾਂ ਹਾਂ। ਪੱਕੇ ਸਾਰਾ ਪਿੰਡ ਹੀ ਪੱਕਾ ਸੀ, ਗਲੀਆਂ ਵੀ ਪੱਕੀਆਂ ਸੀ ਸਿੱਖਾਂ ਦਾ ਜ਼ਮਾਨੇ, ਕੱਲ੍ਹ ਚੰਦ ਬੰਦਿਆਂ ਦੇ ਮਕਾਨ ਕੋਈ ਕੱਚੇ ਕੁੱਚੇ ਸੀ, ਨਹੀਂ ਤਾਂ ਪੱਕਾ ਹੀ ਸੀ ਪਿੰਡ। ਇਹ ਤਾਂ ਸਾਰੇ ਸਿੱਖ ਜਿਹੜੇ ਵਿਰਕ ਸੀ, ਇੱਕ ਰਿਆਜ਼ ਢਿੱਲੂ ਸੀ, ਢਿੱਲੂ ਹਾਂਜੀ ਰਿਆਜ਼ ਢਿੱਲੂ ਸੀ, ਵਿਰਕ ਰਹਿੰਦੇ ਢਿੱਲੂਆਂ ਦਾ ਘਰ ਸੀ ਇੱਕ ਦੋ ਦਾ, ਹਾਂਜੀ ਬਾਕੀ ਬਸ ਰਾਹੀ ਆ ਲੋਕਲ 2-4 ਘਰ ਉਹਨਾਂ ਦੇ, ਬਾਕੀ ਇੱਦਾਂ ਦੇ ਆਹ ਗੱਲ ਆ। ਬਾਕੀ ਮਹਾਜਰ ਆ ਸਾਰੇ ਇੱਥੇ ਲੰਮੇ ਆ, ਇੱਕ ਉਹ ਅੰਮ੍ਰਿਤਸਰ ਦੇ ਮਹਾਜਰ ਆ, ਉਹਨਾਂ ਨੂੰ ਲੰਮੇ ਕਹਿੰਦੇ, ਗੱਖੜ ਉਹਨਾਂ ਦੀ ਕੌਮ, ਉਹ ਉੱਥੇ ਰਹਿੰਦੇ ਆ, ਲੰਮੇ ਰਹਿੰਦੇ ਆ, ਰਾਜਪੂਤਾਂ ਦੇ ਘਰ 1-2-3-4 ਕੁ ਘਰ ਰਾਜਪੂਤਾਂ ਦੇ। ਇੰਡੀਆ ਜੀ ਕਰਦਾ, ਲੇਕਿਨ ਜਦੋਂ ਹਾਲਾਤ ਹੁੰਦੇ ਆ ਨਾ ਇਹਨਾਂ ਦੇ, ਮੁਲਕੇ ਇਸ ਤੋਂ ਕਹੀ ਦੇ ਯਾਰ ਉੱਥੇ ਜਾਈਏ, ਮੁਲਕੇ ਹੀ ਨਾ ਆਈਏ। ਹਾਂਜੀ ਦਿਲ ਤਾਂ ਕਰਦਾ, ਮੈਂ ਮਿਲਸੀਆਂ ਦੇਖੀਏ, ਮੇਰਾ ਇਹ ਆਹ ਘਰ ਹੁੰਦਾ ਸੀ, ਮੇਰੇ ਦਾਦੇ ਦਾ ਆਹ ਘਰ ਸੀ, ਮੇਰੇ ਨਾਨੇ ਦਾ ਇੱਕ ਦਿਨ ਉਹਦੇ 'ਤੇ ਦਿਖਾਇਆ, ਕਾਕੇ ਵੱਡੇ ਨੇ ਆਫਜ ਨੇ, ਉਹਨਾਂ ਨੇ ਕਿਹਾ ਵੀ ਅਸੀਂ ਨਾ ਭਰਵਾਣਾ ਆ ਗਿਆ,
ਬੋਰਡ ਵੱਡਾ ਸਾਰਾ ਦੱਸਦੇ ਹੁੰਦੇ ਸੀ ਵੀ ਬੋਰਡ ਸੀ ਵੱਡਾ ਸਾਰਾ ਡੇਰਾ ਜਿਹਦੇ ਵੱਡਾ ਦੇ ਮੇਰੀਆਂ ਮੰਜੀਆਂ ਡਿੱਟੀਆਂ ਹੁੰਦੀਆਂ ਉਹ ਬੋਰਡ ਵੇਖਿਆ ਉਹ ਮੈਂ ਕਿਹਾ ਭਰਵਾਉਣਾ ਜਾਂ ਮੁੜ ਕੇ ਵਿਖਾ ਮੁੜ ਕੇ ਉਹਨੇ ਵਿਖਾਇਆ ਹੀ ਨਹੀਂ ਹਾਂਜੀ ਭਰੋ ਤੁਹਾਡੇ ਪਿੰਡ ਵਿਖਾਉਣ ਦੀ ਕੋਈ ਬੰਦਾ ਉੱਥੋਂ ਮਿਲਿਆ ਅੱਛਾ ਵੀਡੀਓ ਆਈ ਤੁਹਾਡੇ ਕੋਲ ਇਨਸ਼ਾਅੱਲਾ ਅਸੀਂ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਆਹੋ ਠੀਕ ਹੈ ਇਹ ਪਿੰਡ ਦੇ ਜਨਾਬ ਜੀ ਕਿਉਂਕਿ ਬੜੀਆਂ ਰੇਲਵੇ ਸਟੇਸ਼ਨ ਹੈ ਹਾਂਜੀ ਦਊਦਰ ਕਲੀਸ ਹੈ ਹਾਂਜੀ ਪੀ ਸੀ ਪੋਲ ਪਲਾਂਟ ਹੈ ਹੈਡਲ ਪਾਵਰ ਸਟੇਸ਼ਨ ਇਹਦੇ ਨਾਂ 'ਤੇ ਕਿਉਂਕਿ ਮਿਲੀਆਂ ਦਾ ਅਤੇ ਆਪਣਾ ਬਸ ਬਾਕੀ ਬੜਾ ਅੱਛਾ ਪਿੰਡ ਹੈ ਪੁਰਸਕੂਨ ਕੋਈ ਇੱਥੇ ਲਾ ਕਰੋ ਗਲਤ ਨਹੀਂ